ਅਸਲਾਮ ਅਲੈਕੁਮ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅੱਛਾ, ਮੈਂ ਨਾ ਬੜੇ ਦਿਨਾਂ ਤੋਂ ਦੇਖਦਾ ਪਿਆ ਸੀ ਸਾਡੇ ਲਾਹੌਰ ਦੇ ਵਿੱਚ, ਬਾਹਰ ਦਾ ਤਾਂ ਮੈਨੂੰ ਪਤਾ ਨਹੀਂ, ਇੱਕ ਅਜੀਬ ਜਿਹੀ ਗੇਮ ਸ਼ੁਰੂ ਹੋਈ ਹੈ। ਉਹ ਛੁੱਟੀਆਂ ਆਈਆਂ ਜਦੋਂ ਦੀਆਂ ਬੱਚਿਆਂ ਨੂੰ ਉਦੋਂ ਦੀ ਦੇਖਣੇ ਪਏ ਆ, ਤੇ ਇਹ ਮੈਂ ਅੱਜ ਬਹਾਨਾ ਇੱਕ ਨਵਾਂ ਇੱਕ ਕਰਤਵ ਬਹਾਨਾ। ਸਾਨੂੰ ਤਾਂ ਛੁੱਟੀਆਂ ਹੁੰਦੀਆਂ ਸੀ ਤੇ ਅਸੀਂ ਸਾਡੇ ਕੋਈ ਕਿਸਮਤ ਪੂੜੀ ਨਿਕਲ ਆਉਣੀ ਜਾਂ ਅਸੀਂ ਕ੍ਰਿਕਟ ਖੇਡਣਾ ਬੱਚਿਆਂ ਨੇ ਬੜੇ ਸ਼ੌਕ ਨਾਲ, ਤੇ ਨਹੀਂ ਤੇ ਫਿਰ ਫੜਨ ਫੜਾਈ ਖੇਡਣਾ, ਤੇ ਇਸ ਤੋਂ ਇਲਾਵਾ ਬਾਂਦਰ ਕਿਲਾ ਖੇਡ ਲੈਣਾ, ਭੈਂਡੇ ਖੇਡ ਲੈਣੇ। ਸਾਡੇ ਦੌਰ ਦੀ ਤਾਂ ਇਹ ਗੇਮਾਂ ਸੀ ਜਿਹਦੇ ਵਿੱਚ ਅਸੀਂ ਫਿੱਟ ਵੀ ਰਹਿੰਦੇ ਸੀ, ਐਕਸਰਸਾਈਜ਼ ਹੁੰਦੀ ਰਹਿੰਦੀ ਸੀ। ਤੇ ਹੁਣ ਮੈਂ ਤੁਹਾਨੂੰ ਆਓ ਮੈਂ ਬਹਾਨਾ ਇਹ ਜਿਹੜੀ ਅੱਜ ਨਵੀਂ ਗੇਮ ਨਿਕਲੀ, ਉਹਦੇ 'ਤੇ ਤਾਂ ਮੁਕਾਬਲੇ ਹੁੰਦੇ ਨੇ, ਬੋਤਲਾਂ ਲੱਗਦੀਆਂ, ਰੋਟੀਆਂ ਲਾਉਂਦੇ ਨੇ, ਅਜੀਬ ਆ ਸਾਰੇ। ਇਹ ਦੇਖੋ, ਇਹ ਨਾ ਕੋਈ ਜਿਸਮ ਨੇ ਹਿੱਲਣਾ, ਸਿਰਫ ਬਾਹਾਂ ਨੂੰ ਲਾਈ ਜਾਣਾ। ਇਹਨਾਂ ਨੇ ਆਪਸ ਵਿੱਚ ਮੁਕਾਬਲੇ ਲਾਉਂਦੇ ਨੇ। ਕੋਈ ਕੋ ਪਠਾਨ ਉਹਨੇ ਆਪਣੀ ਸਲਵਾਰ ਨਾਲ ਬਣਿਆ ਹੈ। ਤੇ ਮੈਨੂੰ ਇਹ ਦੱਸੋ ਕਿ ਕੀ ਗੇਮ ਹੈ? ਜਿਹੜੇ ਬੱਚੇ ਨੂੰ ਵੇਖ ਲਓ ਉਹਦੇ ਅੱਜ ਹੀ ਇਹੀ ਗੇਮ ਹੈ। ਜਿਹੜੇ ਵੀ ਬੱਚੇ ਨੂੰ ਵੇਖ ਲਓ ਉਹਦੇ ਅੱਜ, ਅੱਜ ਕੱਲ੍ਹ ਆ ਦੋ ਗੇਮਾਂ ਨੇ ਉਹ ਬਸ ਘੁਮਾਈ ਜਾਂਦੇ ਨੇ। ਤੇ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸਣਾ ਹੈ ਕਿ ਗੇਮ ਦਾ ਕੀ ਨਾਂ ਹੈ। ਇਹ ਕਿਆ ਵੇਖੋ, ਇਹਨੇ ਵੀ ਬੜੀ ਹੈ। ਇਹ ਗੇਮ ਦਾ ਕੀ ਨਾਂ ਹੈਗਾ? ਇਹਦਾ ਕੋਈ ਫਾਇਦਾ ਵੀ ਹੈ ਗੇਮ ਦਾ ਕਿ ਨਹੀਂ ਹੈ? ਇਹ ਜਨਾਬ ਇਹਦੇ ਤੇ ਬੋਤਲਾਂ ਲਾਉਂਦੇ ਨੇ, ਰੋਟੀ ਲਾ ਕੇ ਤੇ ਮੁਕਾਬਲੇ ਕਰਦੇ ਨੇ। ਬਹਰਹਾਲ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸਣਾ ਕਿ ਇਹਦਾ ਕੋਈ ਫਾਇਦਾ ਫੂਦਾ ਹੈ ਕਿ ਨਹੀਂ ਹੈ।